ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਮੰਡ ਜੀ। ਜੀ 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 ਕਮਲਜੀਤ ਸਿੰਘ ਬਰਾੜ ਬੋਲ ਰਿਹਾ ਜੀ। ਕੀ ਹਾਲ ਬਾਬਾ ਜੀ? ਹਾਲ ਵਧੀਆ। ਤੁਸੀਂ ਪੋਸਟ ਪਾਈ ਸੀ, ਮੈਨੂੰ ਕਿਸੇ ਨੇ ਭੇਜੀ ਆ, ਉਹ ਵੀ ਸੰਤਾਂ ਦੀ ਤਾਰੀਫ ਨਹੀਂ ਭਾਜੀ, ਤਾਰੀਫ ਨਹੀਂ ਨਾ ਕਰਨੀ ਆਪਾਂ ਨੇ, ਕਾਂਗਰਸ ਪਾਰਟੀ ਆ ਸਰ। ਕਾਂਗਰਸ ਪਾਰਟੀ ਦਾ ਕੀ ਮਤਲਬ ਆ? ਤੂੰ ਤਾਰੀਫ ਕਰਨ, ਹੁਣ ਤੈਨੂੰ ਪੁੱਛ ਕੇ ਤਾਰੀਫ ਕਰਾਂਗੇ ਅਸੀਂ ਸੰਤਾਂ ਬਾਰੇ? ਨਹੀਂ ਪੁੱਛਣਾ ਪਊ ਕੀ ਸਿੱਖੀ ਅਸੀਂ ਸੰਤਾਂ ਦੀ? ਨਹੀਂ 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 ਭਾਜੀ, ਇਹੀ ਤਾਂ ਆਪਣੀ ਵਿਚਾਰਧਾਰਾ ਲੜਾਈ ਆ। ਤੇ ਵਿਚਾਰਧਾਰਾ ਤੇਰੀ ਆਪਦੀ ਹੋਊਗੀ, ਤੂੰ ਮੇਰੇ ਤੇ ਕਿਉਂ ਥੋਪ ਰਿਹਾ ਆਪਦੀ ਵਿਚਾਰਧਾਰਾ? ਬਈ ਤੂੰ ਕਿਵੇਂ ਕਹਿ ਸਕਦਾ? ਨਹੀਂ ਨਹੀਂ ਅਸੀਂ ਇਹ ਕਿਹਾ ਵੀ ਇਹ ਨਹੀਂ ਕਰਨਾ ਚਾਹੀਦਾ ਸਰ, ਕਮਲਜੀਤ ਸਿੰਘ ਬਰਾੜ ਨਹੀਂ ਕਰਨਾ ਚਾਹੀਦਾ ਜੀ। ਗੁਰਸਿਮਰਨ ਸਿੰਘ ਤੂੰ ਨਾ ਕਰ ਭਾਈ, ਤੈਨੂੰ ਕੌਣ ਕਹਿੰਦਾ ਕੀ ਕਰਨਾ ਕੀ? ਕਿ ਤੇਰੀ ਆਪਦੀ ਸੋਚ ਆ, ਮੇਰੀ ਆਪਣੀ ਸੋਚ ਆ, ਤੂੰ ਕਿਵੇਂ ਕਹਿ ਸਕਦਾ ਵੀ ਮੇਰਾ ਦਿਮਾਗ ਇਸ ਤੋਂ ਵਿਗੜ ਗਿਆ ਤੇ ਇਹ ਇਲੈਕਸ਼ਨ ਹਾਰ ਗਿਆ? ਨਹੀਂ ਭਾਜੀ ਗੱਲ ਦੱਸੋ, ਜਿਹੜੀ ਸਾਰੀ ਕਾਂਗਰਸ ਪਾਰਟੀ ਆਪਣੀ ਮੰਦੀ ਆ, ਕਾਂਗਰਸ ਦੀ ਗੱਲ ਕਿੱਥੋਂ ਆ ਗਈ ਇੱਥੇ? ਕੋਈ ਇਨਸਾਨੀਅਤ ਬੰਦੇ ਦੀ ਆਪਦੀ ਹੈਗੀ ਕਿ ਨਹੀਂ? ਕਮਾਲ ਕਰ। ਨਹੀਂ 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 ਭਾਜੀ, ਜਦੋਂ ਆਪਾਂ ਇੱਕ ਕਾਂਗਰਸ ਪਾਰਟੀ ਜੁੜੇ ਹੋਏ ਆ। ਜਦੋਂ ਤੂੰ ਜੰਮਿਆ ਸੀ ਉਦੋਂ ਕਾਂਗਰਸ ਹੀ ਸੀ ਕਿ ਇੱਕ ਸਿੱਖ ਸੀਗਾ? ਮੈਨੂੰ ਇੰਨਾ ਗੱਲ ਦੱਸ ਦੇ ਤੇਰਾ। ਇਹ ਨਹੀਂ ਹੁੰਦਾ ਨਾ ਭਾਜੀ, ਇਹ ਨਹੀਂ ਹੁੰਦਾ ਹੁੰਦਾ। ਜਿਹੜੀ ਦੁਨੀਆ ਦੇ ਵਿੱਚ ਆਪਾਂ ਜੰਮੇ ਆ। ਮੇਰੀ ਗੱਲ ਸੁਣ ਧਿਆਨ ਨਾਲ, ਤੂੰ ਆਪਦੇ ਜੋ ਕਰਨਾ ਕਰੀ ਚੱਲ, ਤੇਰੀ ਆਪਦੀ ਵਿਚਾਰਧਾਰਾ, ਤੇਰੀ ਆਪਦੀ ਸੋਚ ਆ, ਤੂੰ ਦੂਜੇ ਨੂੰ ਕਿਵੇਂ ਕਹਿ ਸਕਦਾ ਵੀ ਐਂ ਕਰ ਬਈ? ਨਹੀਂ ਨਹੀਂ ਅਸੀਂ ਨਹੀਂ ਕਿਹਾ ਵੀ ਇਹ ਗਲਤ, ਅਸੀਂ ਕਿਹਾ ਗਲਤ ਗੱਲ ਕਰ ਰਹੇ ਆ। ਕਿਉਂ ਕਿਉਂ ਗਲਤ ਕਰ ਰਹੇ ਆ ਬਈ? ਤੈਨੂੰ ਗਲਤ ਲੱਗਦਾ ਹੋਊਗਾ, ਮੈਨੂੰ ਸਹੀ ਲੱਗਦਾ। ਮੈਂ ਸੰਤਾਂ ਦੀ ਸਿਫਤ ਕਰਦਾ, ਮੈਂ ਸੰਤਾਂ ਨੂੰ ਪੈਰੋਕਾਰ, ਉਹਨਾਂ ਦਾ ਪੈਰੋਕਾਰ ਆ, ਮੈਂ ਮੰਨਦਾ ਉਹਨਾਂ ਨੂੰ। ਫੇਰ ਤੁਹਾਨੂੰ ਮੁਬਾਰਕਬਾਦ, ਫਿਰ ਤੁਹਾਨੂੰ ਮੁਬਾਰਕਬਾਦ, ਜੋ ਮਰਜ਼ੀ ਕਰੋ ਸਾਨੂੰ ਕਿਤਰਾ ਜਾ, ਪਰ ਕਾਂਗਰਸ ਪਾਰਟੀ ਹੈ ਕਿ ਨਾ ਗੱਲ ਕਰ ਸਕਦੇ ਭਾਜੀ? ਨਹੀਂ ਨਹੀਂ ਤੂੰ ਕਿਵੇਂ ਕਹਿ ਸਕਦਾ ਯਾਰ ਇਹ ਗੱਲ ਕਿਸੇ ਤੇ? ਕਿਵੇਂ ਕਾਂਗਰਸ ਭਾਜੀ, ਸਾਰੀ ਕਾਂਗਰਸ ਪਾਰਟੀ ਦੱਸੋ ਯਾਰ, ਕਾਂਗਰਸ ਦੀ ਗੱਲ ਕਿੱਥੋਂ ਆ ਗਈ ਇੱਥੇ? ਕਾਂਗਰਸ ਤਾਂ ਗੱਲ ਹੀ ਨਹੀਂ ਹੈਗੀ, ਕਾਂਗਰਸ ਦੀ ਗੱਲ ਕਿੱਥੋਂ ਆ ਗਈ ਇੱਥੇ ਬੱਚੇ ਦੀ? ਮੈਨੂੰ ਨਹੀਂ, ਤੁਸੀਂ ਕਾਂਗਰਸ ਸਰ ਕਮਲਜੀਤ ਸਿੰਘ ਬਰਾੜ ਹੋ ਤੁਸੀਂ? ਹਾਂ ਹੈਗਾ, ਮੈਨੂੰ ਪਤਾ ਹੈ। ਉਹ ਮੈਂ ਇੱਕ ਸਿੱਖ ਵੀ ਆ। ਨਹੀਂ ਨਹੀਂ ਦੇਖੋ ਨਾ, ਉਹ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਨਮਸਤਕ ਹੋਣਾ, ਗੁਰਦੁਆਰਾ ਸਾਹਿਬ ਵਿੱਚ ਆਪਾਂ ਗੁਰਦੁਆਰਾ ਸਾਹਿਬ ਦੇ ਨਤਮਸਤਕ ਹੁੰਦੇ ਆ, ਤੇ ਉਹ ਗੁਰਬਾਣੀ ਪੜ੍ਹਦੇ ਬੰਦੇ ਦਾ ਜ਼ਿਕਰ ਹੋ ਰਿਹਾ ਹੈ, ਗੁਰਦੁਆਰਾ ਸਾਹਿਬ ਦੇ ਨਤਮਸਤਕ ਹੋਣਾ? ਨਹੀਂ 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 ਜਿਹੜੇ ਤੁਸੀਂ ਬਾਬਿਆਂ ਨੂੰ ਕਹਿੰਦੇ ਹੋ, ਪਰ ਇਹ ਬਿਲਕੁਲ ਗਲਤ ਗੱਲ ਕਰ ਰਹੇ ਤੁਸੀਂ ਭਾਜੀ। ਓਏ ਯਾਰ ਸਿਮਰਨ ਮੰਡ ਜੀ, ਮੈਂ ਆਪਦੀ ਪੱਗ ਲਾ ਕੇ ਕਿਸੇ ਦਾ ਬੁੱਤ ਨਹੀਂ ਸਾਫ਼ ਕਰਦਾ, ਮੈਨੂੰ ਪੱਗ ਦੀ ਆਪਦੀ ਦਸਤਾਰ ਦੀ ਅਹਿਮੀਅਤ ਪਤਾ ਹੈ। ਮੈਨੂੰ ਭਾਜੀ ਬੁੱਤ ਕਿਹਦਾ ਕਿਹਦਾ, ਜਿਹੜਾ ਤਰਵਾਨ ਹੋਇਆ ਸ਼ਹੀਦ ਹੋਇਆ, ਅਗਲਾ ਬੰਬ ਦਾ ਬਲਾਸਟ ਨਾਲ ਸ਼ਹੀਦ ਹੋਇਆ, ਕੌਣ ਸ਼ਹੀਦ ਹੋਇਆ? ਰਾਜੀਵ ਗਾਂਧੀ ਜੀ। ਨਹੀਂ ਰਾਜੀਵ ਗਾਂਧੀ ਤੇ ਤੈਨੂੰ ਪੱਗ ਲਾ ਕੇ ਹੋਰ ਤੂੰ ਹੋਰ ਕੱਪੜਾ ਨਹੀਂ ਮਿਲਿਆ ਤੈਨੂੰ? ਪੱਗ ਨਹੀਂ 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 ਭਾਜੀ, ਇਹ ਗੱਲਾਂ ਜੇ ਅਸੀਂ ਇਸ ਘਟੀਆ ਹਰਕਤ ਨਾਲ, ਸੁਣ ਮੇਰੀ ਗੱਲ, ਤੇਰੀ ਇਸ ਘਟੀਆ ਤੇ ਗੰਦੀ ਹਰਕਤ ਨਾਲ ਸਿੱਖਾਂ ਦਾ ਚਿਹਰਾ ਪੂਰੀ ਦੁਨੀਆ ਦੇ ਵਿੱਚ ਕਿੱਦਾਂ ਮਾੜਾ ਹੋਇਆ ਹੈ ਤੈਨੂੰ ਪਤਾ? ਭਾਜੀ ਨਹੀਂ, ਇਹ ਤੁਹਾਡਾ ਨਿੱਜੀ ਵਹਿਮ ਹੈ। ਤੈਨੂੰ ਲੱਗਦਾ ਸੀ ਵੀ ਸੋਨੀਆ ਗਾਂਧੀ ਜਾਂ ਪ੍ਰਿੰਕਾ ਗਾਂਧੀ, ਰਾਹੁਲ ਗਾਂਧੀ ਤੈਨੂੰ ਕੋਈ ਅਹੁਦਾ ਰੁਤਬਾ ਦੇ ਦੂ, ਤੈਨੂੰ ਇਹ ਲੱਗਦਾ? ਨਹੀਂ ਨਹੀਂ ਨਹੀਂ, ਅਸੀਂ 5 ਸਾਲ ਹੀ, ਅਸੀਂ 5 ਸਾਲ ਹੀ ਉਹਦੇ ਮੰਗਿਆ ਕੋਈ ਅਸਾਂ ਪਲਾਟਾ ਕਬਜ਼ੇ ਕਰਵਾਏ ਕਾਂਗਰਸ ਦੇ, ਸਾਡੇ ਪਲਾਟਾ ਤੇ ਪੱਗ ਲਾ ਕੇ ਬੁੱਤ ਤਾਂ ਹੀ ਸਾਫ਼ ਕੀਤਾ ਨਾ ਤੂੰ ਸਿੱਖੀ? ਨਹੀਂ ਨਹੀਂ ਨਹੀਂ, ਇਹ ਸਾਡੀ ਸੋਚ ਹੀ ਨਹੀਂ ਸੀ। ਸਿੱਖੀ ਦਾ ਕਿਰਦਾਰ ਸਿੱਟਿਆ? ਨਹੀਂ 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 ਭਾਜੀ, ਅਸੀਂ ਨਾ ਮੀਟ ਖਾਈਏ, ਨਾ ਸ਼ਰਾਬ ਖਾਈਏ, ਨਾ ਅੰਡਾ ਖਾਈਏ, ਨਾ ਕੁਛ ਵੀ ਖਾਂਦੇ। ਪੱਗ ਨਾਲ ਕਿਸੇ ਅਮਲਾ ਦਾ, ਕਿਸੇ ਲੋੜਵੰਦ ਦਾ ਪਿੰਡਾਂ ਤੇ ਸਿਰ ਤਾਂ ਟਕਿਆ ਜਾ ਸਕਦਾ, ਪੱਗ ਨਾਲ ਕਿਸੇ ਦਾ ਬੁੱਤ ਨਹੀਂ। ਨਹੀਂ ਨਹੀਂ, ਇੱਕ ਭਾਰਤ ਰਤਨ, ਦੇਖੋ ਭਾਜੀ ਇੱਕ ਭਾਰਤ ਰਤਨ ਸੀ, ਭਾਰਤ ਰਤਨ। ਤੂੰ ਮੂਰਖਾਂ ਦੀਆਂ ਗੱਲਾਂ ਕਰੀਏ ਨਾ, ਕਿਹੜੇ ਚੱਕਰਾਂ 'ਚ ਪੈ ਗਿਆ? ਕਿਉਂ ਤੂੰ ਬਦਨਾਮੀ ਕਰਾ ਰਿਹਾ ਕਾਂਗਰਸ ਪਾਰਟੀ ਤੇ ਸਿੱਖਾਂ ਦੀ? ਨਹੀਂ 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 ਭਾਜੀ, ਅਸੀਂ ਨਹੀਂ ਬਦਨਾਮੀ ਕਰ ਰਹੇ, ਸਾਡੇ ਕਾਂਗਰਸ ਪਾਰਟੀ ਪਲਾਟਾ ਕਬਜ਼ੇ ਕੀਤੇ ਆ 5 ਸਾਲ। ਹਾਂ 5 ਸਾਲ ਹੋ ਗਏ। ਤੂੰ ਆਪਦੀ ਪੋਸਟ ਡਿਲੀਟ ਕਰ ਜਿਹੜੀ ਤੂੰ ਮੇਰੇ ਬਾਰੇ ਲਿਖੀ ਆ, ਸਮਝਿਆ ਗੱਲ? ਬਾਬਾ ਦੀਪ ਸਿੰਘ ਜੀ ਸ਼ਹੀਦ ਹੋਏ ਨੇ, ਉਹ ਚੱਜ ਦਾ ਬੰਦਾ, ਜਿਹਦਾ ਜਿਹਦੀ ਮਾੜੀ ਮੋਟੀ ਕੋਈ ਸੋਚ ਹੋਵੇ ਉਹ ਚੱਜ ਦਾ ਬੰਦਾ ਕਵੇ ਮੈਂ ਸੰਤਾਂ ਨੂੰ ਮੰਨਦਾ ਨੀ, ਕਤੀੜਾਂ ਕਹਿਣਗੀਆਂ ਮੈਂ ਸੰਤਾਂ ਨੂੰ ਮੰਨਦਾ ਨੀ, ਕਤੀੜਾਂ ਨੂੰ ਮਨਵਾ ਕੇ ਵੀ ਕੀ ਲੈਣਾ ਸੰਤਾਂ? ਨਹੀਂ ਨਹੀਂ ਭਾਜੀ, ਜੋ ਮਰਜ਼ੀ ਤੁਸੀਂ ਬੋਲੀ ਜਾਓ, ਆਪਾਂ ਤੁਹਾਡੇ ਨਾਲ ਬਿਲਕੁਲ 100% ਸਹਿਮਤ ਨਹੀਂ। ਸੁਣੋ, ਤੂੰ ਆਪਦੀ ਸੋਚ ਆਪਦੇ ਤੱਕ ਸੀਮਤ ਰੱਖ। ਬਸ ਠੀਕ ਆ, ਫੇਸਬੁੱਕ ਪੇਜ ਪ੍ਰਾਈਡ ਪੰਜਾਬ ਟੀਵੀ ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।